ਬੁਢਲਾਡਾ ਸ਼ਹਿਰ ਅੰਦਰ ਟ੍ਰੈਫਿਕ ਦੀ ਵੱਧ ਰਹੀ ਸਮੱਸਿਆ ਦੇ ਮੱਦੇਨਜ਼ਰ ਨਗਰ ਕੌਂਸਲ ਵੱਲੋਂ ਸ਼ਹਿਰ ਵਾਸੀਆਂ ਨੂੰ ਕਈ ਵਾਰ ਅਨਾਊਂਸਮੈਂਟ ਕਰਵਾ ਕੇ ਨਜਾਇਜ਼ ਕਬਜ਼ੇ ਢਾਹਣ ਲਈ ਆਖਿਆ ਗਿਆ ਸੀ, ਪਰੰਤੂ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਟਿੱਚ ਜਾਣਿਆ ਗਿਆ, ਜਿਸ ਤੇ ਕਾਰਵਾਈ ਕਰਦਿਆਂ ਨਗਰ ਕੌਂਸਲ ਵੱਲੋਂ ਸਰਕਾਰੀ ਅਮਲੇ ਨੂੰ ਨਾਲ ਲੈ ਕੇ ਸ਼ਹਿਰ ਦੀ ਸੰਘਣੀ ਵਸੋਂ ਵਾਲੀਆਂ ਦੁਕਾਨਾਂ ਅੱਗੇ ਰੱਖੇ ਸਮਾਨ ਨੂੰ ਚੁੱਕਣ ਦੇ ਨਾਲ ਨਾਲ ਦੁਕਾਨਾਂ ਅੱਗੇ ਪੌੜੀਆਂ ਦੇ ਰੂਪ ਵਿੱਚ ਰੋਕੀ ਗਈ ਜਗ੍ਹਾ ਨੂੰ JCP ਦੀ ਮਦਦ ਨਾਲ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ। ਇਸ ਕਾਰਵਾਈ ਦੌਰਾਨ ਕਈ ਦੁਕਾਨਦਾਰ ਆਪਣੇ ਹੋਏ ਨੁਕਸਾਨ ਨੂੰ ਲੈ ਕੇ ਪ੍ਰਸ਼ਾਸਨ ਦੇ ਇਸ ਫੈਸਲੇ ਦੇ ਖਿਲਾਫ ਸਰਕਾਰ ਨੂੰ ਵੀ ਕੋਸਦੇ ਵੇਖੇ ਗਏ। ਉੱਥੇ ਇਸ ਸਬੰਧੀ JE ਜਤਿੰਦਰ ਕੁਮਾਰ ਨੇ ਗੱਲ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਇਹ ਫੈਸਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਿੱਤਾ ਗਿਆ ਅਤੇ ਇਹ ਕਾਰਵਾਈ ਥਾਂ ਦਰੁਸਤ ਚੱਲੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਦਮ ਪੁੱਟਿਆ ਗਿਆ ਵੀ ਲੋਕਾਂ ਵੱਲੋਂ ਜਿਹੜੇ ਆਰਜ਼ੀ ਇਨਕਰੋਚਮੈਂਟਾਂ ਕੀਤੀਆਂ ਗਈਆਂ ਉਹਨਾਂ ਨੂੰ ਹਟਾਉਣਾ ਹੈ, ਬਸ ਇਹੀ ਇੱਕ ਉਪਰਾਲਾ ਕਰ ਰਹੇ ਅਸੀਂ। ਮੈਂ ਗੱਲ ਕਰ ਰਿਹਾ ਕਿਤੇ ਇਹ ਚੀਜ਼ ਮਹਿਜ ਡਰਾਮਾ ਤਾਂ ਨਹੀਂ ਹੋ ਕੇ ਰਿਹਾ? ਨਹੀਂ ਨਹੀਂ, ਇਹ ਡਰਾਮਾ ਨਹੀਂ ਹੈ, ਇਹ ਸਮੇਂ ਸਿਰ ਹੁੰਦਾ ਰਹੂਗਾ। ਲੋਕਾਂ ਨੂੰ ਇਹ ਹਦਾਇਤ ਵੀ ਹੁੰਦੀ ਰਹੂ ਵੀ ਤੁਸੀਂ ਬਾਜ਼ਾਰ ਆਪਣੇ ਬਾਜ਼ਾਰ ਚੱਲਣ ਵਾਲੇ ਰਸਤੇ ਖੁੱਲ੍ਹੇ ਰੱਖੋ, ਜੇ ਕੋਈ ਨਹੀਂ ਖੁੱਲ੍ਹਾ ਰਹੂਗਾ ਤਾਂ ਉੱਥੇ ਉਨੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ।